ਬੀਤੇ ਦਿਨ ਕੋਟਕਪੂਰਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਨੂੰ ਨੁਕਸਾਨ ਪਹੁੰਚਾਉਣ ਦਾ ਮਾਮਲਾ ਹਾਲੇ ਸ਼ਾਂਤ ਵੀ ਨਹੀਂ ਹੋਇਆ ਸੀ ਕਿ ਤਰਨ ਤਾਰਨ ਦੇ ਪਿੰਡ ਵਿੱਚ ਵੀ ਇੱਕ ਐਸਾ ਹੀ ਮਾਮਲਾ ਸਾਹਮਣੇ ਆ ਗਿਆ ਹੈ। ਜਾਣਕਾਰੀ ਮੁਤਾਬਕ ਇੱਥੇ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 21 ਅੰਗ ਪਾੜ ਕੇ ਥੱਲੇ ਸੁੱਟ ਦਿੱਤੇ ਹਨ। ਸਥਾਨਕ ਨਿਵਾਸੀ ਬੀਬੀ ਬਲਵਿੰਦਰ ਕੌਰ ਨੇ ਦੱਸਿਆ ਕਿ ਗੁਰਦੁਆਰਾ ਚੜ੍ਹਦੀ ਪੱਤੀ ਵਿਖੇ ਸਹਿਜ ਪਾਠ ਚੱਲ ਰਹੇ ਹਨ, ਜਿੱਥੇ ਉਹ ਸ਼ਾਮ ਕਰੀਬ 3 ਵਜੇ ਪਾਠ ਕਰਨ ਗਈ ਤਾਂ ਉਸ ਨੇ ਦੇਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਨੁਕਸਾਨੇ ਹੋਏ ਹਨ ਤੇ ਚਾਰੇ ਪਾਸੇ ਖਿਲਰੇ ਹੋਏ ਹਨ, ਜਿਸ ਦੀ ਜਾਣਕਾਰੀ ਤੁਰੰਤ ਉਸ ਨੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੂੰ ਦਿੱਤੀ। ਉਧਰ ਮੌਕੇ ਤੇ ਪਹੁੰਚੇ ਅਧਿਕਾਰੀਆਂ ਨੇ ਘਟਨਾ ਦਾ ਜਾਇਜ਼ਾ ਲੈਣ ਉਪਰੰਤ ਕਿਹਾ ਹੈ ਕਿ ਦੋਸ਼ੀਆਂ ਖਿਲਾਫ਼ ਜਲਦ ਕਾਰਵਾਈ ਕੀਤੀ ਜਾਵੇਗੀ ਅਤੇ ਉਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਗੁਰਦੁਆਰਾ ਵਾ ਤੇ ਸਾਡੇ ਗੁਰਦੁਆਰੇ ਦੇ ਵਿੱਚ ਜਦੋਂ ਮੈਂ ਕੋਈ 1:45 ਦਾ ਟਾਈਮ ਸੀ, ਜਦੋਂ ਮੈਂ ਆਈ ਜਿਵੇਂ ਸਹਿਜ ਪਾਠ ਰੱਖਿਆ ਹੋਇਆ ਸੀ ਤੇ ਜਦੋਂ ਮੈਂ ਆਈ ਅੰਦਰ ਤੇ ਅੰਦਰ ਵੜਦਿਆਂ ਹੀ ਗੁਰੂ ਸਾਹਿਬ ਜੀ ਦਾ ਰਮਾਲਾ ਸਾਹਿਬ ਅੱਧਾ ਲੱਥਾ ਸੀ ਤੇ ਜਦੋਂ ਮੈਂ ਥੱਲੇ ਝਾਤੀ ਮਾਰੀ ਤੇ ਮਹਾਰਾਜ ਦੇ ਜਿਹੜੇ ਅੰਗ 6-7 ਥੱਲੇ ਖਿਲਰੇ ਹੋਏ ਪਏ ਫਿਰ ਮੈਂ ਗ੍ਰੰਥੀ ਸਾਹਿਬ ਜੀ ਦੇ ਘਰ ਗਈ ਗ੍ਰੰਥੀ ਦੇ ਘਰ ਗਈ ਫਿਰ ਜਾ ਕੇ ਮੈਂ ਰੌਲਾ ਪਾਇਆ ਉਹ ਸਾਰੇ ਫਿਰ ਗੁਰਦੁਆਰੇ ਆਏ ਖਬਰ ਹਰਪਲ ਇੰਡੀਆ ਸੰਗਤਾਂ ਨੂੰ ਇਸ ਸਮੇਂ ਸੰਜਮ ਵਰਤਣ ਦੀ ਸਲਾਹ ਦਿੰਦਾ ਹੈ ਕਿਉਂਕਿ ਜਗ੍ਹਾ ਜਗ੍ਹਾ ਇਸ ਤਰ੍ਹਾਂ ਦੀਆਂ ਘਟਨਾਵਾਂ ਘਟਣ ਤੋਂ ਪਤਾ ਲੱਗਦਾ ਹੈ ਕਿ ਕੋਈ ਗਹਿਰੀ ਚਾਲ ਨਾਲ ਦੇਸ਼ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਸੋ ਸਾਨੂੰ ਪ੍ਰਸ਼ਾਸਨ ਦਾ ਸਾਥ ਦੇ ਕੇ ਅਸਲ ਦੋਸ਼ੀ ਦੀ ਭਾਲ ਕਰਨੀ ਚਾਹੀਦੀ ਹੈ। ਤਰਨ ਤਾਰਨ ਤੋਂ ਕੈਮਰਾਮੈਨ ਵਿਸ਼ਾਲ ਕੁਮਾਰ ਦੇ ਨਾਲ ਸਰਬਜੀਤ ਸਿੰਘ, ਖਬਰ ਹਰਪਲ ਇੰਡੀਆ ਲਈ।